मामला जलंधर के लवकुश चौंक उत्ते स्थित मीट पॉइंट रेस्टोरेंट का है जिथे कि देर रात ग्राहक इत्थे खाना खाण तो बाद पैसे दे लेन देन नू लै के इत्थे दे मालिक दे नाल उन्होंने कहा सुनी की थी। जिस तो बाद विच उन्होंने कहा कि वह अपनी मर्जी दे हिसाब दे नाल बिल देंगे, जिस उत्ते रेस्टोरेंट दे मालिक जगदीश सिंह ने कहा कि जो भी उसकी पेमेंट बनती है वह दे देन। जिस तो बाद विच उक्त ग्राहक चले गए और थोड़ी देर बाद आए, जिस तो बाद उन्होंने इट्टा रोड़े पत्थरां दे नाल रेस्टोरेंट उत्ते हमला करना शुरू कर दिता, जिस उन्होंने बाहर खड़े मोटरसाइकलां अते एक्टिवा नूं भन्निया। जिस तों बाद विच इस संबंधी थाना नंबर 3 दी पुलिस नूं सूचित किया गया। मौके उत्ते ASI पुज्जे जिन्हां दा कहना है कि मामले की जांच पड़ताल की जाएगी, इलाके विच लगे CCTV कैमरे खंगाले जाणगे, जो भी दोषी हन उन्हां नूं जल्दी गिरफ्तार किया जाएगा। सर की नाम अपना ते की गल की हुई है? सर दीप सिंह मेरा नाम है। हाँ जी, कस्टमर अंदर एक खा रहे सी खाना खा के। हाँ जी, खा के वेटर नूं कहिंदे वी मेरे इन्ने पैसे नहीं, मेरे इन्ने पैसे। हाँ जी, ब्रदर ने कहा भी चलो जिन्ने पैसे आ गए तुसी दे दो सानू। जी चलो जिन्ने भी आए जी खा खू के चल गए ने, चल गए अही शटर शुटर बंद करके रोटी अंदर खा रहे हैं, बाग खा गए तो असी अंदर खाना खाण डे। खाना खाने बाद उन्होंने जेडे साडे मोटरसाइकिल पे सी चार पांच वो तोड़े, नाल ATM सी उहदा मोटरसाइकिल तोड़िया, उतले शीशे तोड़ते, काउंटर जिहड़ा सड़क ते सुट्टता। किस गल तो लड़ाई, किस गल तो ये हुण उन्होंने पता कि गल लड़ाई उन्होंने की है। ਅਸੀਂ ਅੰਦਰੋਂ ਨਿਕਲੇ ਅਸੀਂ ਨਹੀਂ ਤੁਹਾਡੇ ਨਾਲ ਕੋਈ ਬਹਿਸ ਬਸਾਈ ਕਿਸੇ ਬਿੱਲ ਨੂੰ ਲੈ ਕੇ ਜਾਂ ਕਿਸੇ ਚੀਜ਼ ਨੂੰ ਲੈ ਕੇ ਬਹਿਸ ਹੋਈ ਹੋਵੇ? ਕੋਈ ਗੱਲ ਹੀ ਨਹੀਂ ਹੋਈ ਜੀ। ਤੇ ਕੋਈ ਉਹਨਾਂ ਡਰਿੰਕ ਦੇ ਕੇ ਡਰਿੰਕ ਵਗੈਰਾ ਵੀ ਕੀਤੀ ਸੀ ਅੰਦਰੋਂ? ਡਰਿੰਕ ਸੀਗੇ ਬੰਦੇ ਕਰਕੇ ਗਏ ਨੇ? ਡਰਿੰਕ ਸੀ, ਨਸ਼ੇ ਸੀਗੇ? ਨਸ਼ੇ ਤੇ ਜਦ ਡਰਿੰਕ ਕੀਤੀ ਨਸ਼ੇ ਤੇ ਹੁੰਦਾ ਹੀ ਜ਼ਿਆਦਾ ਨਸ਼ਾ ਹੈ ਨਾ। ਤੇ ਉਹ ਕੋਈ ਨਾਮ ਵਗੈਰਾ ਪਤਾ ਸਰ ਉਹਨਾਂ ਦਾ? ਨਹੀਂ ਨਾਮ ਨਹੀਂ। CCTV ਆਈ ਕੋਈ? CCTV ਨਾਲ ਇਹਨਾਂ ਦੀ 95 ਕਾਲਾਂ ਦੀ ਹੈਗੀ ਹੈ, ਪਰਫੈਕਟ ਇਹਨਾਂ ਦੀ ਹੈਗੀ ਹੈ। ਅਰੇ ਕਿਹਨੂੰ ਕਹਿੰਦੇ ਨੇ ਕੈਪੀਟਲ ਬੈਂਕ ਵਾਲਿਆਂ ਦੀ ਹੈਗੀ, ਕੈਪੀਟਲ ਬੈਂਕ ਵਾਲਿਆਂ ਦਾ ਵੀ ਉਹ ਨਾਲ ਜਿਹੜਾ ATM ਤੇ ਬੰਦਾ ਗਾਰਡ ਖੜਾ ਹੁੰਦਾ ਉਹ ਵੀ ਨੱਠ ਕੇ ਉਹਨੇ ਆਪਣੀ ਜਾਨ ਬਚਾਈ ਹੈ। ਉਹਦਾ ਮੋਟਰਸਾਈਕਲ ਸੁੱਟਦਾ ਸ਼ੀਸ਼ਾ ਭੰਨਣ ਲੱਗੇ ਸੀ ATM ਦਾ ਜੀ। ਕੋਈ ਹਥਿਆਰ ਵਗੈਰਾ ਵੀ ਸੀ ਉਹਨਾਂ ਕੋਲ? ਮੈਂ ਹੁਣ ਦੇਖਿਆ ਤਾਂ ਹੈ ਨਹੀਂ, ਮੈਂ ਅਸੀਂ ਤਾਂ ਅੰਦਰ ਸੀ, ਇੱਥੇ ਹਥੂਰ ਤਾਂ ਦੇਖੇ ਨਹੀਂ ਹੈ ਕਿ ਨਹੀਂ ਹੈ ਜੀ। ਕੀ ਤੁਹਾਡਾ ਕੀ ਨਾਮ ਸਰ? ਮੇਰਾ ਜਗਦੀਸ਼ ਸਿੰਘ। ਕਿੱਥੇ ਰਹਿਣ ਵਾਲੇ? ਮਕਸੂਦਾ। ਤੁਹਾਨੂੰ ਪੁਲਿਸ ਕੰਪਲੇਂਟ ਕੀਤੀ? ਪੁਲਿਸ ਕੰਪਲੇਂਟ ਕੀਤੀ ਜੀ। ਮੈਸੇਜ ਮਿਲਿਆ ਸੀਗਾ ਵੀ ਮਿਡ ਪੁਆਇੰਟ ਜਿਹੜਾ ਹੈਗਾ ਮਲਾਪ ਚੌਂਕ 'ਚ ਕੁਛ ਜਿਹੜੇ ਬੰਦੇ ਖਾਣਾ ਖੁਣਾ ਖਾਣ ਆਏ ਸੀਗੇ ਇੱਥੇ। ਹਾਂਜੀ, ਉਸ ਤੋਂ ਬਾਅਦ ਫਿਰ ਪਤਾ ਨਹੀਂ ਉਹਨਾਂ ਨੂੰ ਕੀ ਗੱਲ ਹੋਈ ਆ ਕਿ ਉਹਨਾਂ ਨੇ ਫਿਰ ਇਹਨਾਂ ਦਾ ਜਿਹੜਾ ਕਾਊਂਟਰ ਵਗੈਰਾ ਉਹਦਾ ਨੁਕਸਾਨ ਕਰਤਾ। ਇਹਨਾਂ ਨੇ ਬਾਹਰੋਂ ਤਾਂ ਸ਼ਟਰ ਲੱਗੇ ਹੋਏ ਸੀਗੇ, ਅੰਦਰ ਸੀਗੇ, ਇਹਨਾਂ ਨੇ ਸ਼ਟਰ ਨਹੀਂ ਖੋਲ੍ਹੇ। ਹਾਂਜੀ, ਬਾਹਰ ਪੱਥਰ ਵਗੈਰਾ ਮਾਰ ਕੇ ਇਹਨਾਂ ਦੇ ਸ਼ੀਸ਼ੇ ਵਗੈਰਾ ਤੋੜ ਗਏ ਆ। ਕਿਸ ਚੀਜ਼ ਦਾ ਮਾਮਲਾ ਕੋਈ ਸਾਹਮਣੇ ਆਇਆ ਕਿ ਬਿੱਲ ਬੁੱਲ ਨੂੰ ਲੈ ਕੇ ਜਾਂ ਕੀ? ਬਿੱਲ ਨੂੰ ਵਾਲਾ ਕੋਈ ਇੱਦਾਂ ਨਹੀਂ ਹੈਗਾ, ਬਿੱਲ ਤਾਂ ਦੇ ਚੁੱਕੇ ਸੀ, 200-250 ਰੁਪਏ ਦਾ ਬਿੱਲ ਸੀਗਾ। ਓਕੇ, ਉਹ ਨਹੀਂ ਕੋਈ ਗੱਲ ਸੀ, ਇਹ ਤਾਂ ਖਾਣਾ ਅੰਦਰ ਖਾ ਰਹੇ ਸੀ, ਬੰਦ ਸੀਗਾ ਹੱਤਾ ਜਿਹਾ ਨਾਲ ਜਿਹੜੀ ਦੁਕਾਨ। ਜੀ ਜੀ ਜੀ, ਪਤਾ ਨਹੀਂ ਕੋਈ ਕਿਸ ਗੱਲ ਤੋਂ ਪਿੱਛੋਂ ਲੜੇ ਆ ਜਾਂ ਕਿਸ ਗੱਲ ਦਾ, ਤਾਂ ਸਵੇਰੇ ਫਿਰ ਵੈਰੀਫਾਈ ਕੀਤਾ ਜਾਊਗਾ। ਪਰ ਜਿਵੇਂ ਸਰਕਾਰੀ ਹੈ ਗਾਈਡਲਾਈਨਸ ਆ ਕਿ 11 ਵਜੇ ਤੱਕ ਹੱਤੇ ਆ, ਸਭ ਕੁਝ ਬੰਦ ਹੋਣਾ ਚਾਹੀਦਾ? ਬੰਦ ਹੋ ਚੁੱਕਿਆ ਸੀਗਾ, ਇਹ ਖੁੱਲ੍ਹਾ ਨਹੀਂ ਸੀਗਾ। ਓਕੇ, ਅਤੇ ਕੋਈ ATM ਦੀ ਵੀ ਕੋਈ ਨੁਕਸਾਨ ਪਹੁੰਚਾਉਣ ਦੀ ਕੋਈ ਗੱਲ ਸਾਹਮਣੇ ਆਈ ਹੈ? ਇਹ ਨਹੀਂ ਜੀ ਪਤਾ ਜੀ, ਤਾਂ ਗਾਂ ਕਿਸੇ ਨੂੰ ਪਹਿਚਾਣਦੇ ਵੀ ਨਹੀਂ ਹੈਗੇ। ਹਾਂਜੀ, CCTV ਕਰਾਈ ਸਰ ਕੋਈ? ਉਹ ਅਸੀਂ ਸਵੇਰੇ ਵਿੱਚ ਚੈੱਕ ਕਰਾਂਗੇ, ਉਹ ਨਾਈਟ ਨਾਲ ਜਿਹੜਾ ਦੁਕਾਨਾਂ ਬੰਦ ਹੈਗੀਆਂ ਸਵੇਰੇ ਅਸੀਂ ਕਢਾ ਦੇ। ਅਤੇ ਕਿਹੜੀ ਦੁਕਾਨ ਤੋਂ ਉਹਨਾਂ ਨੇ ਨੁਕਸਾਨ ਕੀਤਾ, ਨਾਮ ਕੀ? ਉਹ ਮਿਡ ਪੁਆਇੰਟ ਹੈਗੇ ਨੇ, ਜਗਦੀਸ਼ ਨੇ, ਜਗਦੀਸ਼ ਸਿੰਘ ਉਹਨਾਂ ਨੇ ਦੁਕਾਨਾਂ ਬਰਤਨ ਸਿੰਘ, ਉਹ ਚਿਕਨ ਦੀ ਦੁਕਾਨ ਹੈਗੀ ਇਹਨਾਂ ਦੀ, ਢਾਬਾ ਹੈਗਾ ਉਹ। ਠੀਕ, ਕੀ ਕਾਰਵਾਈ ਕੀਤੀ? ਕਾਰਵਾਈ ਅਸੀਂ ਗਾਰੰਟੀ ਕਰ ਰਹੇ ਹਾਂ, ਬਸ ਕੋਈ ਨਹੀਂ, ਪਹਿਲਾਂ ਫੁਟੇਜ ਚੈੱਕ ਕਰਾਂਗੇ ਅਸੀਂ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਵਿਵੇਕ ਸੈਣੀ ਹੈ ਅਤੇ ਮੈਂ ਗੁਰਦਾਸਪੁਰ 'ਚ ਰਹਿੰਦਾ, ਅਤੇ ਮੈਂ ਆਪਣਾ ਵੀਜ਼ਾ ਲਵਾਉਣ ਵਾਸਤੇ ਔਜ਼ੀ ਹਬ ਨੂੰ ਕੰਟੈਕਟ ਕੀਤਾ ਸੀ, ਅਤੇ ਮੇਰਾ ਵੀਜ਼ਾ 10-12 ਵਰਕਿੰਗ ਡੇਜ਼ ਵਿੱਚ ਆ ਗਿਆ ਹੈ। ਅਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵੀਜ਼ਾ ਵੀ ਛੇਤੀ ਤੋਂ ਛੇਤੀ ਆਏ, ਤਾਂ ਔਜ਼ੀ ਹਬ ਇਮੀਗ੍ਰੇਸ਼ਨ ਗੁਰਦਾਸਪੁਰ ਨੂੰ ਕੰਟੈਕਟ ਕਰੋ। ਜੇ ਇਹਨਾਂ ਵਾਂਗ ਤੁਸੀਂ ਵੀ ਸਾਰੇ ਸਟੂਡੈਂਟਸ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ, ਤਾਂ ਵਿਜ਼ਿਟ ਕਰੋ ਸਾਡੇ ਆਫਿਸ ਔਜ਼ੀ ਹਬ ਇਮੀਗ੍ਰੇਸ਼ਨ ਗੁਰਦਾਸਪੁਰ ਬ੍ਰਾਂਚ ਵਿੱਚ। ਗੈਪ ਔਰ ਵਿਦਆਊਟ ਗੈਪ ਵਾਲੇ ਸਟੂਡੈਂਟਸ ਦੋਨੋਂ ਵਿਜ਼ਿਟ ਕਰੋ, ਉਹਨਾਂ ਦਾ ਆਸਟ੍ਰੇਲੀਆ ਜਾਣ ਦਾ ਸੁਪਨਾ ਅਸੀਂ ਕਰਾਂਗੇ ਸਾਕਾਰ। ਥੈਂਕ ਯੂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।